ਬੀਤੇ ਦਿਨੀ ਏਟੀ ਨਿਊਜ਼ ਟੀਵੀ ਤੇ ਕੰਗਣਾ ਰਣੌਤ ਵੱਲੋਂ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਸੰਬੰਧ ਵਿੱਚ ਉਹਨਾਂ ਨੇ ਬਹੁਤ ਭੱਦੀ ਸ਼ਬਦਾਵਲੀ ਬੋਲੀ ਹੈ। ਮੈਂ ਉਸ ਸ਼ਬਦਾਵਲੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਅਤੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਬੀਬੀ ਸਮਾਜ ਇਤਿਹਾਸ ਅਤੇ ਸ਼ਾਸਤਰਾਂ ਤੋਂ ਬਹੁਤ ਅਣਜਾਣ ਆ। ਜਿਸ ਸ਼ਾਸਤਰਾਂ 'ਤੇ ਇਹਨੇ ਟਿੱਪਣੀ ਕੀਤੀ ਆ ਕਿ ਜਿਹੜਾ ਆਪਣੇ ਕੋਲ ਹਥਿਆਰ ਸ਼ਾਸਤਰ ਰੱਖਦਾ ਉਹ ਸੰਤ ਕਦੇ ਵਾਸਤੇ ਨਹੀਂ ਹੋ ਸਕਦਾ। ਬੀਬੀ ਹਿੰਦੂ ਮਤ ਦਾ ਇਤਿਹਾਸ ਆ, ਸ਼ਿਵਜੀ ਭਗਵਾਨ ਨੂੰ ਤੁਸੀਂ ਆਪਣਾ ਸਭ ਤੋਂ ਵੱਡਾ ਦੇਵਤਾ ਮੰਨਦੇ ਆ, ਉਹਨੇ ਆਪਣੇ ਹੱਥ ਦੇ ਵਿੱਚ ਤਰਸ਼ੂਲ ਪਕੜਿਆ ਉਸ ਸਮੇਂ ਦਾ ਉਹ ਸ਼ਾਸਤਰ ਸੀ। ਅਸੀਂ ਕਿੰਤੂ ਨਹੀਂ ਕਰਦੇ, ਹਰ ਇੱਕ ਸ਼ਾਸਤਰ ਦੀ ਹਰ ਇੱਕ ਦੇਵੀ ਦੇਵਤੇ ਦੀ ਪੂਰਨ ਤੌਰ 'ਤੇ ਅਸੀਂ ਸਤਿਕਾਰ ਕਰਦੇ ਹਾਂ। ਇਸ ਤੋਂ ਅੱਗੇ ਚੱਲ ਕਰਕੇ ਤ੍ਰੇਤੇ ਯੁੱਗ ਦੇ ਅਵਤਾਰ ਰਾਮ ਚੰਦਰ ਭਗਵਾਨ ਨੇ ਸਮੇਂ ਦੇ ਅਨੁਸਾਰ ਆਪਣੇ ਕੋਲ ਸ਼ਾਸਤਰ ਰੱਖੇ, ਸ਼ਾਸਤਰਾਂ ਦੇ ਨਾਲ ਜੰਗ ਵੀ ਕੀਤੀ ਹੈ। ਉਸ ਜੰਗ ਦਾ ਵੇਰਵਾ ਆਏ ਸਾਲ ਹਿੰਦੂ ਸਮਾਜ ਦੁਸਹਿਰੇ ਦੇ ਰੂਪ ਵਿੱਚ ਪ੍ਰਗਟ ਕਰਦਾ। ਇਸੇ ਤਰ੍ਹਾਂ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਭਗਵਾਨ, ਉਹਨਾਂ ਨੇ ਵੀ ਆਪਣੇ ਕੋਲ ਸ਼ਸਤਰ ਰੱਖ ਕੇ ਆਪਣੀਆਂ ਫੌਜਾਂ ਬਣਾਈਆਂ ਅਤੇ ਸ਼ਸਤਰ ਰੱਖ ਕਰਕੇ ਉਹਨਾਂ ਨੇ ਜੰਗ ਕੀਤੀ ਹੈ। ਜੇਕਰ ਸ਼ਸਤਰ ਰੱਖਣ ਵਾਲਾ ਅੱਤਵਾਦੀ ਆ, ਇਹਨਾਂ ਨੂੰ ਤੁਸੀਂ ਫਿਰ ਕਿਸ ਨਜ਼ਰੀਏ ਦੇ ਨਾਲ ਦੇਖੋਗੇ? ਇਸੇ ਤਰ੍ਹਾਂ ਅੱਗੇ ਚੱਲ ਕਰਕੇ ਕਲਯੁੱਗ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ 6ਵੇਂ ਸਰੂਪ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਆਪਣੇ ਪਿਤਾ ਸਤਿਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਆਪਣੇ ਸਿੱਖਾਂ ਨੂੰ ਹੁਕਮਨਾਮਾ ਜਾਰੀ ਕੀਤਾ ਕਿ ਹਰ ਇੱਕ ਸਿੱਖ ਨੇ ਆਪਣੇ ਕੋਲ 3 ਫੁੱਟੀ ਕਿਰਪਾਨ, ਵਰਸ਼ਾ ਰੱਖਣਾ, ਘੋੜ ਸਵਾਰੀ ਰੱਖਣੀ ਆ। ਬੇਬੇ, ਨਾ ਤਾਂ ਅਸੀਂ ਤੇਰੇ ਸਿੱਖ ਹਾਂ ਅਤੇ ਨਾ ਤੇਰੇ ਪਿਓ ਦੇ ਸਿੱਖ ਹਾਂ, ਨਾ ਅਸੀਂ ਕਿਸੇ ਦੇਵੀ ਦੇਵਤੇ ਦੇ ਸਿੱਖ ਹਾਂ। ਅਸੀਂ ਸਿੱਖ ਹਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ, ਉਹਨਾਂ ਦੇ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਸਮੇਂ ਦੇ ਅਨੁਸਾਰ ਆਪਣੇ ਕੋਲ ਕਿਰਪਾਨ ਰੱਖਦਾ ਸੀ, ਆਪਣੇ ਕੋਲ ਵਰਸ਼ਾ ਰੱਖਦਾ ਸੀ, ਨੇਜਾ ਰੱਖਦਾ ਸੀ, ਭੱਲਾ ਰੱਖਦਾ ਸੀ, ਢਾਲ ਰੱਖਦਾ ਸੀ। ਉਹ ਸਮੇਂ ਦੇ ਸ਼ਸਤਰ ਸਨ। ਇਸੇ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਾਸਤਰਧਾਰੀ ਹੋਣਾ ਮੀਰੀ ਅਤੇ ਪੀਰੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਪ੍ਰਦਾਨ ਕਰਨੇ, ਸ਼ਾਸਤਰ ਰਾਖ ਕਰਕੇ ਉਹਨਾਂ ਨੇ ਧਰਮ ਦੀਆਂ ਜੰਗਾਂ ਕੀਤੀਆਂ। ਜੇਕਰ ਤੁਹਾਡੇ ਦੇਵੀ ਦੇਵਤਿਆਂ ਨੇ ਧਰਮ ਦੀਆਂ ਜੰਗਾਂ ਕੀਤੀਆਂ, ਇਸੇ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਅਨੁਸਾਰ ਮੁਗਲੀਆ ਸਰਕਾਰ ਦੇ ਨਾਲ 4 ਜੰਗਾਂ ਕੀਤੀਆਂ ਅਤੇ 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਅੱਗੇ ਚੱਲ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 14 ਜੰਗਾਂ ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ, ਧਰਮ ਦੀਆਂ 14 ਜੰਗਾਂ ਲੜੀਆਂ ਅਤੇ 14 ਜੰਗਾਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ। ਨਾਲ ਉਹਨਾਂ ਨੇ ਇਹ ਵੀ ਬਿਆਨ ਕੀਤਾ ਜਸ਼ਨ ਬਾਣੀ ਦੇ ਵਿੱਚ, ਬਿਨਾਂ ਸ਼ਸਤਰ ਕੇਸੰ ਨਰੰਗ ਪਿੰਡ ਜਾਨੋ ਗਾਹੇ ਕਾਣ ਤਾਕੋ ਕੀਤਾ ਲੈ ਸਿਧਾਨੋ, ਇਹ ਮੋਰ ਆਗਿਆ ਸੁਣੋ ਹੋਏ ਪਿਆਰੇ, ਬਿਨਾਂ ਸ਼ਸਤਰ ਕੇਸੰ ਨਾ ਦੇਵੋਂ ਦਧਾਰੇ। ਬੇਬੇ, ਅਸੀਂ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਨਾ ਤਾਂ ਤੇਰੇ ਸਿੱਖ ਹਾਂ ਅਤੇ ਨਾ ਅਸੀਂ ਤੇਰੇ ਪਿਓ ਦੇ ਸਿੱਖ ਹਾਂ।
ਅਸੀਂ ਪਿਤਾ ਸਤਿਗੁਰੂ ਸਾਹਿਬ ਜੀ ਦੀ ਆਗਿਆ ਦਾ ਪਾਲਣ ਕਰਦੇ ਹਾਂ। ਜਿਸ ਸੰਤ ਮਹਾਨ ਸ਼ਖਸੀਅਤ 'ਤੇ ਤੂੰ ਟਿੱਪਣੀ ਕੀਤੀ ਆ, ਉਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਆ। ਅੱਜ ਵੀ ਅਸੀਂ ਐਲਾਨ ਕਰਦੇ ਹਾਂ, ਤੁਹਾਨੂੰ ਚੈਲੰਜ ਕਰਦੇ ਹਾਂ, ਤੁਸੀਂ ਉਹਨਾਂ ਨੂੰ ਅੱਤਵਾਦੀ ਕਿਹਾ, ਉਹ ਅੱਤਵਾਦੀ ਨਹੀਂ ਸੀ। ਸਿੱਖ ਸੰਤ ਵੀ ਆ ਅਤੇ ਸਿੱਖ ਜਰਨੈਲ ਵੀ ਆ ਅਤੇ ਸਿੱਖ ਸਿਪਾਹੀ ਵੀ ਆ। ਉਹ ਇੱਕ ਸੰਤ ਵੀ ਆ, ਉਹ ਜਰਨੈਲ ਵੀ ਆ, ਉਹ ਸਿਪਾਹੀ ਵੀ ਆ। ਉਹਨਾਂ ਨੇ ਆਪਣੇ ਧਰਮ ਨੂੰ ਪੈਰ ਦੇ ਆਧਾਰ 'ਤੇ ਰੱਖਦਿਆਂ ਹਿੰਦੁਸਤਾਨ ਦੀ ਆਰਮੀ ਦੇ ਨਾਲ ਉਹਨਾਂ ਨੇ ਜੰਗ ਕੀਤੀ ਆ। ਨਿੱਜੀ ਜੰਗ ਉਹਨਾਂ ਨੇ ਨਹੀਂ ਲੜੀ। ਹਿੰਦੁਸਤਾਨ ਦੇ ਕਿਸੇ ਵੀ ਥਾਣੇ ਵਿੱਚ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ 'ਤੇ ਅੱਜ ਦੇ ਉਦੋਂ ਤੋਂ ਲੈ ਕਰਕੇ ਅੱਜ ਵੀ ਤੁਸੀਂ ਪੜਤਾਲ ਕਰ ਲਓ, ਉਹਨਾਂ 'ਤੇ ਕੋਈ ਵੀ ਪਰਚਾ, ਕੋਈ ਵੀ FIR ਨਹੀਂ ਦਰਜ ਹੋਈ। ਜਿਹੜੇ ਬੰਦੇ ਨੇ ਆਪਣੇ ਸਮੇਂ ਦੌਰਾਨ ਕੋਈ ਘਟੀਆ ਕਰਮ ਨਹੀਂ ਕੀਤਾ, ਜਿਆਸਤੀ ਨਹੀਂ ਕੀਤੀ, ਧੱਕੇਸ਼ਾਹੀ ਨਹੀਂ ਕੀਤੀ, ਗੁਰਮੁਖੋ ਅੱਤਵਾਦੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਸਮਾਜ ਵਿੱਚ ਹਮਲਾ ਕਰਦੇ, ਸਮਾਜ ਵਿੱਚ ਬਦ ਫੈਲੀਆਂ ਕਰਦੇ ਆ। ਇਸ ਕਰਕੇ ਬੀਬੀ ਤੇਰੇ ਸ਼ਬਦਾਂ ਦੀ, ਤੇਰੀ ਟੀਕਾ ਟਿੱਪਣੀ ਦੀ ਮੈਂ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਾ। ਉਹ ਸੰਤ ਸੀ, ਹੈ ਅਤੇ ਰਹਿੰਦੀ ਦੁਨੀਆ ਤੱਕ ਉਹ ਸੰਤ ਰਹਿਣਗੇ। ਉਹਨਾਂ ਨੂੰ ਜਿਵੇਂ ਚੰਦ 'ਤੇ ਸੂਰਜ 'ਤੇ ਥੁੱਕਣ ਦੇ ਨਾਲ ਨਾ ਤਾਂ ਚੰਦਰਮਾ ਨੇ ਮੈਲਾ ਹੋਣਾ ਅਤੇ ਨਾ ਸੂਰਜ ਨੇ ਮੈਲਾ ਹੋਣਾ। ਤੋ ਕਹਿੰਦੇ ਕਿ 99% ਲੋਕ ਉਹਨਾਂ ਨੂੰ ਆਤਮਵਾਦੀ ਮੰਨਦੇ ਨਹੀਂ, 101% ਜਿੱਥੇ ਵੀ ਸਿੱਖ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦਾ ਉਹ ਸੰਤਾਂ ਨੂੰ ਸੰਤ ਮੰਨਦਾ ਸੀ, ਸੰਤ ਮੰਨਦਾ ਹੈ। ਅਤੇ ਜਿੰਨਾ ਚਿਰ ਧਰਤੀ ਰਹੇਗੀ, ਆਕਾਸ਼, ਚੰਦ, ਸੂਰਜ ਅਤੇ ਸਿਤਾਰੇ ਰਹਿਣਗੇ, ਉਹਨਾਂ ਚਿਰ ਤੱਕ ਸਾਰਾ ਸਿੱਖ ਸਮਾਜ, ਇੱਥੋਂ ਤੱਕ ਕਿ ਮੁਸਲਮਾਨ ਵੀ ਉਹਨਾਂ ਨੂੰ ਸੰਤ ਮੰਨਦੇ ਆ। ਕਈ ਜਿਹੜੇ ਹਿੰਦੂ ਵੀਰ ਆ ਉਹ ਵੀ ਉਹਨਾਂ ਨੂੰ ਸੰਤ ਮੰਨਦੇ ਆ, ਰਾਜਨੀਤਿਕ ਵੀ ਸੰਤ ਮੰਨਦੇ ਆ, ਕਈ ਸਮਾਜਵਾਦੀ ਲੋਕ ਵੀ ਸੰਤ ਮੰਨਦੇ ਆ। ਤੇਰੇ ਤੋਂ ਸਰਟੀਫਿਕੇਟ ਲੈਣ ਦੀ ਕੋਈ ਜ਼ਰੂਰਤ ਨਹੀਂ। ਉਹ ਸਿੱਖ ਧਰਮ ਦੇ 20ਵੀਂ ਸਦੀ ਦੇ ਮਹਾਨ ਜਰਨੈਲ ਹਨ, ਰਹਿਣਗੇ ਦੁਨੀਆ ਤੱਕ ਰਹਿਣਗੇ। ਉਹ ਸੰਤ ਵੀ ਸੀ, ਉਹ ਦੀਵਾਨ ਸੀ, ਉਹ ਜਰਨੈਲ ਸੀ। ਇਸ ਕਰਕੇ ਬੀਬੀ ਬੋਲਣ ਤੋਂ ਪਹਿਲਾਂ ਸਮਾਜ ਦੀ ਜਾਣਕਾਰੀ, ਸ਼ਸਤਰਾਂ ਦੀ ਜਾਣਕਾਰੀ ਲੈਣੀ ਜ਼ਰੂਰੀ ਆ। ਜੇਕਰ ਸੰਤ ਗਿਆਨੀ ਜਰਨੈਲ ਸਿੰਘ ਅੱਤਵਾਦੀ ਆ, ਕ੍ਰਿਸ਼ਨ ਭਗਵਾਨ ਨੂੰ ਕੀ ਕਹੋਗੇ? ਇਸੇ ਤਰ੍ਹਾਂ ਰਾਮ ਚੰਦਰ ਅਤੇ ਲਛਮਣ ਨੂੰ ਕੀ ਕਹੋਗੇ? ਇਸੇ ਤਰ੍ਹਾਂ ਸ਼ਿਵਜੀ ਭਗਵਾਨ ਨੂੰ ਕੀ ਕਰੋਗੇ? ਸਮੇਂ ਸਮੇਂ ਅਨੁਸਾਰ ਅਵਤਾਰੀ ਲੋਕ, ਸੰਤ ਮਹਾਤਮਾ ਲੋਕ ਆਪਣੇ ਪਾਸ ਸ਼ਸਤਰ ਰੱਖਦੇ ਸਨ, ਆਪਣੀ ਅਤੇ ਪ੍ਰਜਾ ਦੀ ਰਖਵਾਲੀ ਵਾਸਤੇ। ਇਸ ਕਰਕੇ ਸਿੱਖ ਦਾ ਧਰਮ ਹੈ ਸ਼ਸਤਰਧਾਰੀ ਹੋਣਾ, ਅਤੇ ਸ਼ਸਤਰਧਾਰੀ ਹੋ ਕਰਕੇ ਆਪਣੇ ਸਮਾਜ ਦੀ ਰੱਖਿਆ ਕਰਨੀ। ਤੇਰੇ ਵਰਗੀਆਂ ਬੀਬੀਆਂ ਗਲਤ ਬਿਆਨਬਾਜ਼ੀ ਦੇ ਕਰਕੇ ਸਮਾਜ ਵਿੱਚ ਵਿਖੇੜਾ ਕਰਦੀਆਂ ਨੇ। ਮੈਂ ਆਪਣੇ ਵੱਲੋਂ ਸਾਰੀਆਂ ਸਮਾਜਵਾਦੀ ਜਥੇਬੰਦੀਆਂ ਨੂੰ, ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਲੋਕ ਟੀਕਾ ਟਿੱਪਣੀ ਕਰਕੇ ਸਮਾਜ ਵਿੱਚ ਵਿਖੇੜਾ ਪੈਦਾ ਕਰਦੇ ਆ, ਉਹਨਾਂ ਤੋਂ ਆਪਾਂ ਸਦਾ ਵਾਸਤੇ ਸਾਵਧਾਨ ਰਹੀ